ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬਰਦ। ਫਰੋਡ ਰੀਅਲ ਇਸਟੇਟ ਕੰਪਨੀ ਅਲਟਸ ਦੇ ਕੁਝ ਡਾਇਰੈਕਟਰ ਫਰਾਰ। ਪਹਿਲਾਂ ਖਬਰ ਸੰਖੇਪ 'ਚ ਅਤੇ ਫਿਰ ਦਿਆਂਗੇ ਵਿਸਤਾਰ। ਮੋਹਾਲੀ ਪੁਲਿਸ ਵੱਲੋਂ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਰੀਅਲ ਇਸਟੇਟ ਕੰਪਨੀ ਦੇ 5 ਡਾਇਰੈਕਟਰ ਅਤੇ ਇੱਕ ਆਥੋਰਾਈਜ਼ਡ ਸਿਗਨੇਟਰੀ ਵਿਰੁੱਧ ਪਰਚਾ ਦਰਜ ਹੋਇਆ 1 ਫਰਵਰੀ 2024 ਨੂੰ ਫਰੋਡ ਦਾ। ਪਰ ਉਸ ਤੋਂ ਬਾਅਦ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ 3 ਡਾਇਰੈਕਟਰ ਭਾਰਤ ਛੱਡ ਕੇ ਭੱਜ ਚੁੱਕੇ ਨੇ, 1 ਡਾਇਰੈਕਟਰ ਅਮਰੀਕਾ ਗਿਆ ਦੱਸਿਆ ਜਾਂਦਾ। ਦੋਸਤੋ, ਮੋਹਾਲੀ ਪੁਲਿਸ ਨੇ ਪਰਚਾ ਤਾਂ ਦਰਜ ਕੀਤਾ ਫਰੋਡ ਦਾ, ਪਰ ਕਿਸੇ ਦੀ ਗ੍ਰਿਫਤਾਰੀ ਹੁਣ ਤੱਕ ਨਹੀਂ ਕੀਤੀ। LOC ਜਿਹਨੂੰ ਕਹਿੰਦੇ ਆ ਲੁੱਕ ਆਊਟ ਸਰਕੂਲਰ ਜਾਰੀ ਕਰਨਾ ਚਾਹੀਦਾ ਸੀ ਤਾਂ ਕਿ ਦੋਸ਼ੀ ਭੱਜ ਨਾ ਸਕਣ। ਏਅਰਪੋਰਟਸ ਤੋਂ, ਸੀ ਪੋਰਟਸ ਤੋਂ ਜਾਂ ਲੈਂਡ ਰੂਟਸ ਤੋਂ ਉਹ ਜਾਰੀ ਨਹੀਂ ਕੀਤਾ ਗਿਆ। ਹੁਣ ਖਬਰ ਵਿਸਤਾਰ 'ਚ। ਸਾਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਕਿ ਇਸ ਕੰਪਨੀ ਦੇ ਜਿਹੜੇ ਪ੍ਰਮੋਟਰਸ ਨੇ ਉਹਨਾਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ, ਪਰ ਉਹਨਾਂ ਸਿਆਸਤਦਾਨਾਂ ਨੇ ਇਹਨਾਂ ਦੀ ਗੱਲ ਮੰਨਣ ਤੋਂ ਨਾ ਕੀਤੀ। ਇਹਨਾਂ ਦਾ ਕਹਿਣਾ ਸੀ ਕਿ ਜਿਹੜੇ 3 ਸ਼ਿਕਾਇਤਕਰਤਾ ਨੇ ਜਿਨ੍ਹਾਂ ਵੱਲੋਂ ਪਰਚਾ ਦਰਜ ਕਰਾਇਆ, ਅਸੀਂ ਉਹਨਾਂ ਨਾਲ ਸਮਝੌਤਾ ਕਰਨ ਲਈ ਤਿਆਰ ਹਾਂ। ਪਰ ਪੰਜਾਬ ਸਰਕਾਰ ਦੇ, ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਇਹਨਾਂ ਦੀ ਤਜਵੀਜ਼ ਮੰਨਣ ਤੋਂ ਨਾ ਕੀਤੀ। ਇਹ ਕੰਪਨੀ ਜੋ ਕਿ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਿਟਡ ਹੈ, ਇਹਦਾ ਜੁਆਇੰਟ ਵੈਂਚਰ ਹੈ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਨਾਲ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਕੀ ਇੱਕ ਕੋਆਪਰੇਟਿਵ ਸੁਸਾਇਟੀ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਜੁਆਇੰਟ ਵੈਂਚਰ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ, ਇਹ ਅਸੀਂ ਘੋਖ ਕਰ ਰਹੇ ਹਾਂ। 500 ਏਕੜ ਦੇ ਉੱਤੇ ਫੈਲਿਆ ਹੋਇਆ ਇਹ ਪ੍ਰੋਜੈਕਟ ਜਿਹੜੇ ਇਨਵੈਸਟਰਸ ਨੇ ਉਹਨਾਂ ਨੂੰ ਪਲੋਟ ਨਹੀਂ ਦਿੰਦਾ, ਪੈਸੇ ਜ਼ਰੂਰ ਲੈ ਲੈਂਦਾ। ਜਿਹੜੀ ਸ਼ਿਕਾਇਤ ਦਰਜ ਕਰਵਾਈ 3 ਲੋਕਾਂ ਨੇ, ਉਹਨਾਂ ਦੇ ਨਾਮ ਨੇ ਗੁਰਪ੍ਰੀਤ ਕੌਰ, ਹਰਬੰਸ ਕੌਰ ਅਤੇ ਸੁਖਪ੍ਰੀਤ ਸਿੰਘ। ਉਹਨਾਂ ਤੋਂ 2011 ਦੇ ਵਿੱਚ 62.5 ਲੱਖ ਰੁਪਇਆ ਕੈਸ਼ ਅਤੇ ਬਾਈ ਚੈੱਕ ਲਿਆ ਗਿਆ ਅਤੇ ਪਲੋਟ ਉਹਨਾਂ ਨੂੰ 13 ਸਾਲ ਦੇ ਵਿੱਚ ਕੋਈ ਵੀ ਦਿੱਤਾ ਨਹੀਂ ਗਿਆ। ਪਰਚਾ ਦਰਜ ਹੋਇਆ ਇਹਨਾਂ ਲੋਕਾਂ ਦੇ ਵਿਰੁੱਧ। ਨਾਮ ਨੇ ਮਹਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਤੇਜ ਸਿੰਘ ਸਰਾਂ, ਹਰਦੇਵ ਕੌਰ ਸਰਾਂ ਅਤੇ ਆਥੋਰਾਈਜ਼ ਸਿਗਨੇਚਰੀ ਨਰਿੰਦਰ ਸਿੰਘ ਸਿੱਧੂ। ਸਾਨੂੰ ਸੂਤਰਾਂ ਨੇ ਦੱਸਿਆ ਕਿ ਪਰਸੋਂ ਤੱਕ ਨਰਿੰਦਰ ਸਿੰਘ ਸਿੱਧੂ ਪਰਚਾ ਦਰਜ ਹੋਣ ਦੇ ਬਾਵਜੂਦ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਸੀ ਅਤੇ ਪਲੋਟ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪੁਲਿਸ ਦਾ ਖੌਫ ਨਹੀਂ ਅਤੇ ਪੁਲਿਸ ਇਹਨਾਂ ਨੂੰ ਕੁਛ ਕਹਿੰਦੀ ਵੀ ਨਹੀਂ। ਅਤੇ ਇਹਦੇ ਬਾਰੇ ਅਸੀਂ ਪਹਿਲਾਂ ਕਾਫੀ ਨਿਊਜ਼ ਰਿਪੋਰਟਸ ਕਰ ਚੁੱਕੇ ਹਾਂ ਕਿ ਕਿਵੇਂ ਮੋਹਾਲੀ ਪੁਲਿਸ ਦਾ ਬਿਲਡਰਸ ਨਾਲ, ਰੀਐਲਟਰਸ ਦੇ ਨਾਲ ਇੱਕ ਨੈਕਸਸ ਹੈ। ਖੈਰ, ਉਹ ਇੱਕ ਵੱਖਰਾ ਵਿਸ਼ਾ ਹੈ, ਵੱਖਰਾ ਐਪੀਸੋਡ ਉਹ 'ਤੇ
ਬਣ ਸਕਦਾ। ਇੱਕ ਰਿਟਾਇਰਡ ਬਿਊਰੋਕਰੈਟ ਜੋ ਕਿ ਇਸ ਜੁਆਇੰਟ ਵੈਂਚਰ ਪ੍ਰੋਜੈਕਟ ਦੀ ਵਿਕਟਿਮ ਹੈ, ਉਹਨੇ ਸਾਨੂੰ ਇਹ ਦੱਸਿਆ ਕਿ ਮੈਨੂੰ ਲੱਗਦਾ, ਉਹਨੇ ਕਿਹਾ ਕਿ ਇਹ ਜਿਹੜੇ ਬੰਦੇ ਭਗੌੜੇ ਹੋਏ ਆ ਭਾਰਤ 'ਚੋਂ, ਇਹ ਬੰਦਿਆਂ ਨੂੰ ਭਜਾਉਣ ਦੇ ਵਿੱਚ ਵੀ ਮੋਹਾਲੀ ਪੁਲਿਸ ਦਾ ਹੱਥ ਹੋ ਸਕਦਾ। ਇਸ ਕਿਸਮ ਦਾ ਉਹਦਾ ਵਿਚਾਰ ਹੈ। ਅਸੀਂ ਮੋਹਾਲੀ ਪੁਲਿਸ ਦੇ ਇਨਵੈਸਟੀਗੇਟਿੰਗ ਆਫਿਸਰ ਜਸਵੀਰ ਸਿੰਘ ਤੋਂ ਪੁੱਛਣਾ ਚਾਹਿਆ ਕਿ ਕੀ ਗੱਲ, ਤੁਸੀਂ ਇਹਨਾਂ ਬੰਦਿਆਂ ਦੀਆਂ ਗ੍ਰਿਫਤਾਰੀਆਂ ਕਿਉਂ ਨਹੀਂ ਕੀਤੀਆਂ? ਪਰ ਸਾਡਾ ਉਹਦੇ ਨਾਲ ਸੰਪਰਕ ਨਹੀਂ ਹੋ ਸਕਿਆ। ਦੋਸਤੋ, ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਿਟਿਡ ਅਤੇ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਕਾਰੇ ਹੌਲੀ ਹੌਲੀ ਸਾਹਮਣੇ ਆ ਰਹੇ ਨੇ। ਕਿਵੇਂ? ਕੋਆਪਰੇਟਿਵ ਵਿਭਾਗ ਇਹਦੇ ਨਾਲ ਠੱਗੀ ਦੇ ਵਿੱਚ ਸ਼ਾਮਲ, ਗਮਾਡਾ ਸ਼ਾਮਲ, ਇਹਦੇ ਵਿੱਚ ਲੋਕਲ ਬਾਡੀਜ਼ ਸ਼ਾਮਲ, ਕਈ ਹੋਰ ਮਹਿਕਮੇ ਸ਼ਾਮਲ। ਸੋ ਇਹਨਾਂ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਜਿਉਂ ਜਿਉਂ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਜਾਏਗੀ, ਉਹ ਤੁਹਾਨੂੰ ਅਸੀਂ ਦੱਸਦੇ ਚੱਲਾਂਗੇ। ਅਤੇ ਤੁਹਾਨੂੰ ਹੋਰ ਦੱਸ ਦਈ, ਕੰਪਲੇਨੈਂਟਸ ਦਾ ਕਹਿਣਾ ਕਿ ਜਦੋਂ ਪਰਚਾ ਦਰਜ ਹੋ ਗਿਆ ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰੀਅਲ ਇਸਟੇਟ ਦਾ ਸਕੈਮ ਹੈ, ਅਤੇ ਇਹਦੇ ਵਿੱਚ ਕੇਂਦਰ ਸਰਕਾਰ ਨੂੰ ਐਨਫੋਰਸਮੈਂਟ ਡਾਇਰੈਕਟਰ ਨੂੰ ਕਾਰਵਾਈ 'ਚ ਲਿਆਉਣਾ ਚਾਹੀਦਾ। ਅਤੇ ਅੱਗੇ ਦੱਸਦੇ ਹਾਂ ਕਿ ਇਸ ਕੰਪਨੀ ਦੇ ਬਣਾਉਣ ਦੇ ਵਿੱਚ ਇੱਕ ਰੋਲ ਬਹੁਤ ਅਹਿਮ ਉਹ ਰਿਹਾ ਇੱਕ ਸਾਬਕਾ ਅਕਾਲੀ ਮੰਤਰੀ ਦਾ, ਕਿਉਂਕਿ ਇਸ ਕੰਪਨੀ ਨੇ ਜ਼ਮੀਨ ਖਰੀਦਣੀ ਸ਼ੁਰੂ ਕੀਤੀ 2005 'ਚ, ਪਰ ਇਹ ਕੰਮ ਸ਼ੁਰੂ ਅੱਗੇ ਜਿਹੜੀ ਇਹਦਾ ਸ਼ਿਲਾਨਿਆਸ ਹੋਇਆ 2007 'ਚ, ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣ ਗਈ ਸੀ। ਅਤੇ 10 ਸਾਲ ਦੱਸਣ 'ਚ ਆਉਂਦਾ ਕਿ ਇਸ ਕੰਪਨੀ ਦੀ ਕੋਈ ਵੀ ਫਾਈਲ ਕਿਤੇ ਵੀ ਰੁਕੀ ਨਹੀਂ, ਯਾਨੀ ਜੋ ਵੀ ਜਾਇਜ਼ ਨਜਾਇਜ਼ ਕੰਮ, ਜੋ ਵੀ ਤੁਸੀਂ ਜ਼ਮੀਨ ਐਕਵਾਇਰ ਕਰਨ ਦੀ ਗੱਲਬਾਤ, ਉਹ ਸਾਰੀਆਂ ਫਾਈਲਾਂ ਹੱਥੋਂ ਹੱਥ ਤੁਰਦੀਆਂ ਸੀ, ਉਸ ਮੰਤਰੀ ਜੀ ਦੇ ਆਦੇਸ਼ 'ਤੇ ਤੁਰਦੀਆਂ ਸੀ, ਉਸ ਮੰਤਰੀ ਜੀ ਦਾ ਪਰਸਨਲ ਸਟਾਫ ਇਹਨਾਂ ਫਾਈਲਾਂ ਨੂੰ ਲੈ ਕੇ ਦਫ਼ਤਰੀ ਘੁੰਮਦਾ ਸੀ ਤਾਂ ਕਿ ਕਿਸੇ ਕਿਸਮ ਦਾ ਅੜਿੱਕਾ ਕਿਤੇ ਲੱਗੇ ਨਾ। ਇਹ ਵੀ ਸੁਣਨ 'ਚ ਆਇਆ ਇਸ ਮੰਤਰੀ ਜੀ ਦਾ ਆਪਣਾ ਕਾਲਾ ਧਨ ਇਸ ਪ੍ਰੋਜੈਕਟ ਦੇ ਵਿੱਚ ਇਨਵੈਸਟਿਡ ਹੈ। ਤੁਸੀਂ ਹਿਸਾਬ ਲਾ ਸਕਦੇ ਹੋ ਕਿ 500 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਪ੍ਰੋਜੈਕਟ, ਅਤੇ ਕਿੰਨੇ ਇਨਵੈਸਟਰ, ਕਿੰਨਾ ਪੈਸਾ, ਅਤੇ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਵੱਡੇ ਵੱਡੇ IAS, IPS, PCS ਅਫਸਰ, ਜੱਜ ਸਾਹਿਬਾਨ, ਐਡਵੋਕੇਟਸ, ਬਿਜ਼ਨਸਮੈਨ ਸਾਰੇ ਇਸ ਦੇ ਵਿੱਚ ਪਲੋਟ ਲਈ ਬੈਠੇ ਹੈ ਜਾਂ ਉਹਨਾਂ ਨੂੰ ਇਹਨਾਂ ਨੇ ਹੇਠ ਉੱਤਾ ਕਰਕੇ ਦਿੱਤੇ ਹੋਏ ਹੈ। ਅਤੇ ਇਸੇ ਕਰਕੇ ਇਸ ਕੰਪਨੀ ਦਾ ਹੁਣ ਤੱਕ ਜਨਤਕ ਤੌਰ 'ਤੇ ਰੌਲਾ ਪਿਆ ਨਹੀਂ। ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਫਿਰ ਵੀ ਅਫਸਰਸ਼ਾਹੀ ਨੂੰ ਡਰ ਭਾਓ ਹੈ ਨਹੀਂ ਸੀ। ਜਿਹੜੀ ਪੋਲਿਸੀ ਜ਼ੀਰੋ ਟੋਲਰੈਂਸ ਟੂਵਰਡਸ ਕਰਪਸ਼ਨ ਭਗਵੰਤ ਮਾਨ ਦੀ ਨਸ਼ਰ ਹੋਈ ਆ। ਗਮਾਡਾ ਦੇ ਅਧਿਕਾਰੀਆਂ ਨੇ ਇਸ ਕੰਪਨੀ ਨੂੰ 1/7/22 ਅਤੇ 27/12/22 ਨੂੰ ਇੱਕ ਇਹੋ ਜਿਹੀ ਅਪਰੂਵਲ ਦਿੱਤੀ ਜਿਹੜੀ ਦਿੱਤੀ ਨਹੀਂ ਜਾ ਸਕਦੀ ਸੀ, ਯਾਨੀ ਕਿ ਡਿਫਾਲਟਰ ਕੰਪਨੀ ਆ। 50 ਤੋਂ ਵੱਧ ਕੇਸ ਇਹਦੇ ਉੱਤੇ ਟ੍ਰਾਇਲ ਕੋਰਟ ਦੇ ਵਿੱਚ ਪੈਂਡਿੰਗ ਹੈ ਅੰਡਰ ਇੰਸਟਰੂਮੈਂਟਸ ਐਕਟ, ਯਾਨੀ ਕਿ ਚੈੱਕ ਬਾਊਂਸ ਵਾਲੇ। ਅਤੇ ਇਹਦੇ ਜਿਹੜੇ ਡਾਇਰੈਕਟਰ ਆ ਪਹਿਲਾਂ PO ਘੋਸ਼ਿਤ ਕਰ ਦਿੱਤੇ ਗਏ ਆ 20 ਜਨਵਰੀ ਨੂੰ। ਉਹਦੇ ਵਾਸਤੇ ਵੀ ਅਸੀਂ ਵੱਖਰਾ ਐਪੀਸੋਡ ਤਿਆਰ ਕੀਤਾ ਸੀ ਜਿਹੜਾ ਤੁਹਾਡੇ ਤੱਕ ਪਹੁੰਚਾਇਆ। ਸਾਡੇ ਐਪੀਸੋਡ ਇਹਦੇ ਬਾਰੇ ਜਿਹੜੇ ਅਸੀਂ ਨਸ਼ਰ ਕੀਤੇ ਆ
ਉਹਨਾਂ ਦੀ ਨੰਬਰਿੰਗ ਆ 382 419 430 ਅਤੇ ਫਿਰ ਅੱਜ ਵਾਲਾ ਜਿਹੜਾ ਹੋ ਗਿਆ 431। ਚਾਰ ਐਪੀਸੋਡ ਅਸੀਂ ਇਸ ਕੰਪਨੀ ਬਾਰੇ ਬਣਾ ਚੁੱਕੇ ਹਾਂ। ਸਾਨੂੰ ਜਦੋਂ ਅਸੀਂ 430ਵਾਂ ਐਪੀਸੋਡ ਬਣਾਉਣਾ ਸੀ, ਇਸ ਕੰਪਨੀ ਦੇ ਲਾਜਨਿੰਗ ਅਫਸਰ ਅਵਤਾਰ ਸਿੰਘ ਦਾ ਟੈਲੀਫੋਨ ਆਉਂਦਾ ਅਤੇ ਉਹ ਕਹਿੰਦਾ ਜੀ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਮਿਲਣਾ ਚਾਹੁੰਦਾ। ਜਦੋਂ ਪੁੱਛਿਆ ਕਿ ਵਿਸ਼ਾ ਕੀ ਆ, ਉਹ ਕਹਿੰਦਾ ਜੀ ਤੁਸੀਂ ਸਾਡਾ ਪੱਖ ਜ਼ਰੂਰ ਦਿਓ ਖਬਰ ਦੇ ਵਿੱਚ। ਖੈਰ ਉਦੋਂ ਬਾਅਦ ਪਰਚਾ ਦਰਜ ਹੁੰਦਾ ਜਦੋਂ ਮੈਂ ਅਗਲਾ ਐਪੀਸੋਡ ਕਰਨਾ। ਫਿਰ ਮੈਂ ਪੁੱਛਿਆ ਉਹਨਾਂ ਨੂੰ ਬਈ ਤੁਸੀਂ ਦੱਸੋ ਪਰਚਾ ਸੱਚਾ ਕਿ ਝੂਠਾ। ਕਹਿੰਦਾ ਜੀ ਪਰਚਾ ਬਿਲਕੁਲ ਝੂਠਾ। ਅਤੇ ਫਿਰ ਮੈਂ ਆਖਿਆ ਜੀ ਜੋ ਤੁਸੀਂ ਕਹਿਣਾ ਮੈਨੂੰ ਰਿਕਾਰਡ ਕਰਾ ਦਿਓ, ਮੇਨ ਲਾਈਨ 'ਤੇ ਕਾਲ ਕਰੋ। ਕੀਤਾ ਨਹੀਂ, ਮੈਂ ਕਿਹਾ ਲਿਖ ਕੇ ਭੇਜ ਦਿਓ। ਲਿਖ ਕੇ ਭੇਜਿਆ ਨਹੀਂ। ਕੱਲ੍ਹ ਫਿਰ ਭੇਜਿਆ ਕੀ ਉਹਨੇ? ਉਹਨੇ ਇੱਕ ਹਾਈਕੋਰਟ ਦਾ ਆਦੇਸ਼ ਭੇਜਿਆ। ਉਹਦੇ ਵਿੱਚ ਦੱਸਿਆ ਗਿਆ ਜੀ ਫਲਾਣੇ ਡਾਇਰੈਕਟਰਾਂ ਨੂੰ ਤਾਂ ਜ਼ਮਾਨਤ ਮਿਲ ਗਈ ਸੀ, ਬਿਲਕੁਲ ਮਿਲ ਗਈ ਸੀ, ਜ਼ਮਾਨਤ ਮਿਲ ਗਈ ਸੀ। PO ਪ੍ਰੋਸੀਡਿੰਗ ਉਸ ਵਕਤ ਰੋਕਤੀ ਗਈ ਸੀ ਅਤੇ ਕਿਹਾ ਗਿਆ ਸੀ ਕਿਉਂਕਿ ਅੰਡਰਟੇਕਿੰਗ ਦਿੱਤੀ ਗਈ ਇਸ ਕੰਪਨੀ ਵੱਲੋਂ ਕਿ ਅਸੀਂ ਟ੍ਰਾਇਲ ਕੋਰਟ ਦੇ ਅੱਗੇ ਹਾਜ਼ਰ ਹੋ ਜਾਵਾਂਗੇ। ਸਾਨੂੰ ਮਾਫ਼ ਕਰਿਓ, ਸਾਡੇ ਬੰਦੇ ਅਮਰੀਕਾ ਗਏ ਸੀ, ਉੱਥੇ ਜੀ ਫਿਰ ਕਰੋਨਾ ਆ ਗਿਆ, ਕਰੋਨਾ ਕਰਕੇ ਵਾਪਸ ਨਹੀਂ ਆ ਸਕੇ, ਤਰੀਕਾਂ ਪਈ ਗਈਆਂ ਅਤੇ ਹੁਣ PO ਦੀ ਪ੍ਰੋਸੀਡਿੰਗ ਸ਼ੁਰੂ ਹੋ ਚੁੱਕੀ ਹੈ, ਇਹਨੂੰ ਰੋਕੋ। ਹਾਈਕੋਰਟ ਨੇ ਅੰਡਰਟੇਕਿੰਗ ਮੰਨਦੇ ਹੋਏ ਪ੍ਰੋਸੀਡਿੰਗ ਰੋਕਤੀ। ਪਰ ਦੋਸਤੋ, ਹਾਈਕੋਰਟ 'ਚ ਅੰਡਰਟੇਕਿੰਗ ਦੇਣ ਦੇ ਬਾਵਜੂਦ ਇਸ ਕੰਪਨੀ ਨੇ ਫਿਰ ਉਲੰਘਣਾ ਕੀਤੀ। ਇਹ ਹੇਠਲੀ ਅਦਾਲਤ ਦੇ ਵਿੱਚ ਕੋਈ ਹਾਜ਼ਰ ਨਹੀਂ ਹੋਇਆ ਔਰ ਫਲਸਵਰੂਪ 20 ਜਨਵਰੀ ਨੂੰ ਇਹ ਪ੍ਰੋਸੀਡਿੰਗ PO ਦੀ ਦੁਬਾਰਾ ਮੁਕੰਮਲ ਕੀਤੀ ਗਈ। ਸਾਰਿਆਂ ਨੂੰ PO ਡਿਕਲੇਅਰ ਕੀਤਾ ਗਿਆ, ਯਾਨੀ ਕਿ ਇਸ਼ਤਿਹਾਰੀ ਮੁਜਰਮ, ਜਿੱਥੇ ਦਿਖਦੇ ਆ ਇੱਥੇ ਫੜ ਲਓ। ਅਤੇ ਫਿਰ ਪੁਲਿਸ ਨੇ ਇੱਕ ਵੱਖਰਾ ਪਰਚਾ 1 ਫਰਵਰੀ 2024 ਨੂੰ ਦਰਜ ਕੀਤਾ। ਪਰਚਾ ਦਰਜ ਹੋਇਆ, ਫੜਿਆ ਕਿਸੇ ਨੂੰ ਨਹੀਂ। PO ਡਿਕਲੇਅਰ ਹੋਏ, ਫੜਿਆ ਕਿਸੇ ਨੂੰ ਨਹੀਂ। ਅਤੇ ਇਸ ਕੰਪਨੀ ਦੇ ਜਿਹੜੇ ਕਨੈਕਸ਼ਨ ਆ ਬਹੁਤ ਉੱਪਰ ਤੱਕ ਹੁਣ ਤੱਕ ਜੁੜਦੇ ਰਹੇ ਆ, ਪਰ ਮੌਜੂਦਾ ਸਰਕਾਰ 'ਚ ਹੁਣ ਤੱਕ ਇਸ ਕੰਪਨੀ ਦਾ ਹੱਥ ਨਹੀਂ ਪੈ ਰਿਹਾ। ਸਾਨੂੰ ਪਤਾ ਲੱਗਿਆ ਕਿ ਜਿਵੇਂ ਮੈਂ ਪਹਿਲਾਂ ਕਿਹਾ, ਇਹਨਾਂ ਨੇ ਕੋਸ਼ਿਸ਼ ਕੀਤੀ, ਕੱਲ੍ਹ ਬਹੁਤ ਕੋਸ਼ਿਸ਼ ਕੀਤੀ ਭਗਵੰਤ ਮਾਨ ਸਰਕਾਰ ਤੱਕ ਪਹੁੰਚ ਕਰਨ ਦੀ, ਪਰ ਇਹਨਾਂ ਦੀ ਜਿਹੜੀ ਦਾਲ ਕਿਤੇ ਗਲੀ ਨਹੀਂ। ਇੱਕ ਹੋਰ ਅਹਿਮ ਗੱਲ ਇਸ ਕੰਪਨੀ ਬਾਰੇ, ਇਹਨਾਂ ਦੀ ਕਰੀਬ 150-200 ਏਕੜ ਜ਼ਮੀਨ ਖਾਲੀ ਪਈ ਆ, ਉਹਦੇ ਬਣਿਆ ਕੁਛ ਨਹੀਂ। ਖਾਲੀ ਹੋਣ ਦੇ ਬਾਵਜੂਦ ਇਹਨਾਂ ਦੀ ਇੱਕ ਕੋਸ਼ਿਸ਼ ਕੀਤੀ ਗਈ, ਜੋ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਗਮਾਡਾ ਤੋਂ ਕੰਪਲੀਸ਼ਨ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੰਪਲੀਸ਼ਨ ਸਰਟੀਫਿਕੇਟ ਦੀ ਫਾਈਲ ਰਸਤੇ ਦੇ ਵਿੱਚ ਠੱਲੀ ਜਾ ਚੁੱਕੀ ਆ, ਕਿਉਂ ਇਹਦੇ ਬਾਰੇ ਪੰਜਾਬ ਦਸਤਾਵੇਜ਼ 'ਤੇ ਕਾਫੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਚਾਰ ਚੁਫੇਰੇ ਅਫਸਰਸ਼ਾਹੀ ਅਲਰਟ ਹੋ ਗਈ, ਕਿਤੇ ਗਲਤ ਕੰਮ ਕਰਨਾ ਬੈਠੀਏ ਖਬਰ ਚੱਲ ਜਾਊਗੀ, ਫੋਟੋ ਲੱਗ ਜਾਊਗੀ। ਉਹ ਫਾਈਲ ਹੁਣ ਰੱਦੀ ਦੀ ਟੋਕਰੀ 'ਚ ਸ਼ਾਇਦ ਸੱਟ ਦਿੱਤੀ ਗਈ ਹੋਣੀ ਆ, ਉਹ 'ਤੇ ਕਾਰਵਾਈ ਹੋਈ ਕੋਈ ਨਹੀਂ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੁਲਿਸ ਵਿਭਾਗ ਦੇ ਕਈ ਵਿੰਗਸ ਦੇ ਬਾਰੇ ਅਸੀਂ ਬਹੁਤ ਖਬਰਾਂ ਦੇਣੀਆਂ ਨੇ, ਪਰ ਇਹਦੇ ਨਾਲ ਨਾਲ ਅਸੀਂ ਇੱਕ ਕੱਲ੍ਹ ਵਾਲੀ ਖਬਰ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ, ਜਿਹੜੀ ਕਿ ABC ਪੰਜਾਬ ਟੈਲੀਵਿਜ਼ਨ ਨੇ ਚਲਾਈ। ਜਗਤਾਰ ਭੁੱਲਰ ਦੀ ਇਸ ਖਬਰ ਦਾ ਛੋਟਾ ਜਿਹਾ ਸੈਕਸ਼ਨ, ਯਾਨੀ ਕਿ ਕਲਿਪਿੰਗ ਤੁਹਾਨੂੰ ਵਿਖਾਉਂਦੇ ਹਾਂ। ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਆਹ ਤੁਸੀਂ ਕਲਿੱਪ ਜ਼ਰੂਰ ਚਲਾਓ, ਜਿਸ ਦੇ ਵਿੱਚ ਮੋਹਾਲੀ ਪੁਲਿਸ ਦੇ SSP ਸੰਦੀਪ ਗਰਗ ਨੂੰ ਹਾਈ ਕੋਰਟ ਨੇ ਤਲਬ ਕੀਤਾ ਕਿ ਪੇਸ਼ ਹੋ। ਇਹ ਕਿਉਂ ਕਿਹਾ ਗਿਆ, ਤੁਸੀਂ ਜਗਤਾਰ ਭੁੱਲਰ ਦੀ ਜ਼ੁਬਾਨੀ ਸੁਣੋ। ਕੋਈ ਦਿਨ ਅਜਿਹਾ ਨਹੀਂ ਹੈ ਜਦ ਪੰਜਾਬ ਪੁਲਿਸ ਦੇ ਅਧਿਕਾਰੀ ਵਿਵਾਦਾਂ ਵਿੱਚ ਨਾ ਰਹੇ ਹੋਣ, ਕਿਉਂਕਿ ਧੱਕੇਸ਼ਾਹੀ ਇੰਨੀ ਜ਼ਿਆਦਾ,
ਔਰ ਪੁਲਿਸ ਜੋ ਕੁਝ ਕਰਦੀ ਆ ਲੋਕ ਪਰੇਸ਼ਾਨ ਨੇ, ਅਤੇ ਫਿਰ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਅਦਾਲਤਾਂ ਦਾ ਦਰਵਾਜ਼ਾ ਖੜਕਾਉਣਾ ਪੈਂਦਾ, ਅਤੇ ਜਿਸਦੇ ਚੱਲਦਿਆਂ ਹੁਣ ਇੱਕ ਪੀੜਤ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਤਾਂ ਫਿਰ ਹਾਈ ਕੋਰਟ ਨੇ ਮੋਹਾਲੀ ਦੇ SSP ਡਾਕਟਰ ਸੰਦੀਪ ਗਰਗ ਨੂੰ ਅਤੇ ਇੱਕ DSP ਟ੍ਰੈਫਿਕ ਨੂੰ ਤਲਬ ਕਰ ਲਿਆ। ਡਾਕਟਰ ਸੰਦੀਪ ਗਰਗ ਹੋਣੀ ਪਿਛਲੇ ਕਾਫੀ ਦਿਨਾਂ ਤੋਂ ਵੱਖ ਵੱਖ ਚੈਨਲਾਂ ਦੇ ਵਿੱਚ ਸੁਰਖੀਆਂ ਦਾ ਕਾਰਨ ਬਣੇ ਹੋਏ ਨੇ। ਪਰ ਸਵਾਲ ਇੱਕ ਜਿਹੜੀ ਨਵੀਂ ਖਬਰ ਸਾਹਮਣੇ ਆਈ ਆ ਉਹ ਆ ਕਿ ਮੋਹਾਲੀ ਪੁਲਿਸ ਦੇ SSP ਡਾਕਟਰ ਸੰਦੀਪ ਗਰਗ ਨੇ ਇੱਕ ਕੇਸ ਆ FIR ਦਰਜ ਕੀਤੀ ਨਹੀਂ ਅਤੇ 3 ਵਾਰਾਂ ਉਹਦੀ ਜਾਂਚ ਕਰਵਾ ਦਿੱਤੀ ਹੈਗੀ, ਅਤੇ ਇਸ ਕਰਕੇ ਹੁਣ ਡਾਕਟਰ ਸੰਦੀਪ ਗਰਗ ਜਿਹੜੇ IPS ਆਫਿਸਰ ਨੇ ਉਹਨਾਂ ਦੀ ਜਵਾਬ ਤਲਬੀ ਹੋ ਚੁੱਕੀ ਆ, ਅਤੇ ਨਾਲ ਦੀ ਨਾਲ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਵੀ ਹਾਈ ਕੋਰਟ ਨੇ ਫਟਕਾਰ ਲਗਾਈ ਹੈ। ਅਤੇ ਜਦੋਂ ਅਜਿਹੇ ਕੇਸਾਂ ਦੇ ਵਿੱਚ ਹਾਈ ਕੋਰਟ ਫਟਕਾਰ ਲਗਾਉਂਦਾ ਤਾਂ ਲਾਜ਼ਮੀ ਤੌਰ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਨੇ ਕਿ ਤੁਹਾਡੇ ਕੋਲ ਅਜਿਹੇ ਅਫਸਰ ਨੇ ਜਿਹੜੇ ਕਾਨੂੰਨ ਦੀ ਪਾਲਣਾ ਹੀ ਨਹੀਂ ਕਰਦੇ ਜਦੋਂ ਹਾਈ ਕੋਰਟ ਅਜਿਹੇ ਕੇਸਾਂ ਵਿੱਚ ਫਟਕਾਰ ਲਗਾਉਂਦੀ ਆ। ਇਹ ਵੀ ਕਿਹਾ ਕਿ ਇਹ ਅਦਾਲਤ ਦੀ ਜਿਹੜੀ ਉਲੰਘਣਾ ਕਰਨ ਦੇ ਬਰਾਬਰ ਮੋਹਾਲੀ ਦੇ SSP ਦਾ ਜਾਂ ਮੋਹਾਲੀ ਪੁਲਿਸ ਦਾ ਵਿਹਾਰ ਜਾਂ ਵਤੀਰਾ। ਪਟੀਸ਼ਨ ਕਰਦੇ ਹੋਏ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸਦਾ ਮੋਹਾਲੀ ਵਿੱਚ ਇੱਕ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਹ ਮਾਮਲਾ ਡੇਰਾ ਬੱਸੀ ਦੀ ਅਦਾਲਤ ਵਿੱਚ ਵਿਚਾਰਧੀਨ ਸੀ। ਇਸੇ ਦਰਮਿਆਨ ਦੂਸਰੇ ਧਿਰ ਨੇ SSP ਨੂੰ ਇਸ ਮਾਮਲੇ ਵਿੱਚ ਅਪਰਾਧਿਕ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ, ਅਤੇ ਮਾਮਲੇ ਦੀ ਜਾਂਚ SSP ਸੰਦੀਪ ਗਰਗ ਹੋਣਾ ਜਾਂ SSP ਮੋਹਾਲੀ ਨੇ SP ਸਿਟੀ ਨੂੰ ਸੌਂਪ ਦਿੱਤੀ, ਅਤੇ ਉਹਨਾਂ ਨੇ ਇਹਨੂੰ ਸਿਵਲ ਕੇਸ ਦੱਸਦੇ ਹੋਏ ਜਾਂਚ 17 ਜਨਵਰੀ 2022 ਨੂੰ ਸ਼ਿਕਾਇਤ ਸਮਾਪਤ ਕਰਕੇ ਰਿਪੋਰਟ ਸੌਂਪ ਦਿੱਤੀ। ਇਸ ਤੋਂ ਬਾਅਦ ਫਿਰ ਜਿਹੜੀ ਦੂਜੀ ਧਿਰਾ ਉਹ ਦੁਬਾਰਾ SSP ਨੂੰ ਸ਼ਿਕਾਇਤ ਕਰ ਦਿੰਦੇ ਨੇ। ਇਸ ਵਾਰ ਸ਼ਿਕਾਇਤ ਅਤੇ ਜਾਂਚ ਮੋਹਾਲੀ ਦੇ SSP ਨੇ PIB ਦੇ SP ਨੂੰ ਸੌਂਪ ਦਿੱਤੀ। ਜਾਂਚ ਦੇ ਬਾਅਦ ਇਸ ਵਾਰ ਵੀ SSP PIB ਨੇ ਸਿਵਲ ਕੇਸ ਦੱਸਦੇ ਹੋਏ ਜਿਹੜਾ ਕੇਸ ਨੂੰ ਫਾਈਲ ਕਰ ਦਿੱਤਾ। ਤੀਜੀ ਵਾਰ ਫਿਰ SSP ਮੋਹਾਲੀ ਨੂੰ ਸ਼ਿਕਾਇਤ ਚਲੀ ਜਾਂਦੀ ਆ। ਹਾਲਾਂਕਿ 2 ਵਾਰ ਜਦ ਕਲੋਜ਼ਰ ਹੋ ਜਾਂਦੀ ਹੈ, ਕਲੋਜ਼ਰ ਤੋਂ ਬਾਅਦ ਤੀਜੀ ਵਾਰ ਫਿਰ ਮੋਹਾਲੀ ਦੇ SSP ਫਿਰ ਇੱਕ ਇਹੋ ਕੇਸ ਦੇ ਵਿੱਚ ਬਿਨਾਂ ਕੇਸ ਦਰਜ ਕੀਤਿਆਂ ਜਾਂਚ ਇਸ ਵਾਰ DSP ਨੂੰ ਸੌਂਪਦੇ। ਹੁਣ ਸਵਾਲ ਆ ਕਿ ਆਖਿਰ ਡਾਕਟਰ ਸੰਦੀਪ ਗਰਗ ਦਾ ਉਸ ਪਾਰਟੀ ਦੇ ਨਾਲ ਕਿਹੜੀ ਸਾਂਝ ਸੀ ਕਿ ਜਦ 2 SSP ਰੈਂਕ ਦੇ ਅਧਿਕਾਰੀ, ਇੱਕ SP ਸਿਟੀ ਔਰ ਦੂਜਾ SP PIB, SSP ਦੇ ਬਰਾਬਰ ਰੈਂਕ ਦੇ ਅਧਿਕਾਰੀ ਜਦ ਉਸ ਕੇਸ ਨੂੰ ਫਾਈਲ ਕਰ ਦਿੰਦੇ ਨੇ ਕਿ ਇਹ ਕ੍ਰਿਮੀਨਲ ਕੇਸ ਨਹੀਂ ਬਣਦਾ, ਇਹ ਸਿਵਲ ਕੇਸ ਆ, ਇਸ ਕਰਕੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ, ਅਤੇ ਫਿਰ ਡਾਕਟਰ ਸੰਦੀਪ ਗਰਗ ਹੋਣੀ ਇਸ ਮਸਲੇ ਦੇ ਵਿੱਚ ਕਾਹਲੀ ਜਾਰੀ ਪਗਾਉਣ ਵਾਲੀਆਂ ਗੱਲਾਂ ਕਰ ਰਹੇ ਸੀ ਕਿ 2 SSP ਲੈਵਲ ਦੇ ਅਧਿਕਾਰੀਆਂ ਨੇ, SP ਰੈਂਕ ਦੇ ਅਧਿਕਾਰੀਆਂ ਨੇ ਜਦ ਕੇਸ ਨੂੰ ਫਾਈਲ ਕਰ ਦਿੱਤਾ ਤਾਂ ਮੁੜ ਮੋਹਾਲੀ ਦੇ SSP ਡਾਕਟਰ ਸੰਦੀਪ ਗਰਗ ਹੋਣੀ ਹੁਣ DSP ਨੂੰ ਜਾਂਚ ਸੌਂਪ ਦਿੰਦੇ, ਉਹ ਵੀ ਟ੍ਰੈਫਿਕ ਦੇ। ਹੁਣ ਸਵਾਲ ਹੈ ਕਿ ਜਦ DSP 2 SP ਨਾਲੋਂ ਜ਼ਿਆਦਾ ਸਿਆਣਾ ਹੋ ਸਕਦਾ, ਇੱਕ SP PIB ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਔਰ ਇੱਕ SP ਸਿਟੀ ਔਰ ਇੱਕ ਫਿਰ DSP। ਸਵਾਲ ਇਹ ਹੈ ਕਿ ਆਖਿਰ DSP ਜ਼ਿਆਦਾ ਬੁੱਧੀਮਾਨ ਹੋ ਸਕਦਾ ਕਿ ਜਾਂ SSP ਲੈਵਲ ਦੇ ਅਧਿਕਾਰੀ ਬੁੱਧੀਮਾਨ ਸੀ ਜਿਨ੍ਹਾਂ ਨੇ ਰਿਪੋਰਟ ਕੇਸ ਫਾਈਲ ਕਰ ਦਿੱਤਾ, ਅਤੇ ਇਸ ਤੋਂ ਬਾਅਦ ਮੋਹਾਲੀ ਦੇ SSP ਫਿਰ ਇੱਕ ਧਿਰ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ ਦੇ ਵਿੱਚ
ਫਿਰ DSP ਟ੍ਰੈਫਿਕ ਨੂੰ ਜਾਂਚ ਸੌਂਪ ਦਿੰਦੇ ਨੇ ਅਤੇ ਪੀੜਤ ਨੇ ਕਿਹਾ ਕਿ ਉਸ ਨੂੰ ਵਾਰ ਵਾਰ ਆਪਣੇ ਦਫ਼ਤਰ ਵਿੱਚ ਬੁਲਾ ਕੇ ਮੋਹਾਲੀ ਪੁਲਿਸ ਪਰੇਸ਼ਾਨ ਕਰਦੀ ਰਹੀ, ਤੰਗ ਕਰਦੀ ਰਹੀ ਹੈ। ਮੈਨੂੰ ਰਜਿੰਦਰ ਸਿੰਘ ਤਗੜ ਨੂੰ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।